ਭਗਵੰਤ ਮਾਨ ਸਰਕਾਰ ਤੋਂ ਖੁਸ਼ ਹੋ? ਭਗਵੰਤ ਮਾਨ ਨਾਲ ਆਮ ਆਦਮੀ ਪਾਰਟੀ ਅੱਗੇ ਵੀ ਪਈ ਹੈ, ਮੱਤੇ ਦੀ ਵੋਟ ਬਹੁਤ ਪਈ ਹੈ। ਅਕਾਲੀਆਂ ਨੂੰ ਨੀ ਪੈਣੀ, ਕਾਂਗਰਸ ਨੂੰ ਵੀ ਨੀ ਪੈਣੀ, ਪਊਗੀ ਇਹਨੂੰ ਹੀ ਵੋਟਾਂ। ਨਾ ਬਾਲ ਘੱਟ ਤੋਂ ਘੱਟ ਵੀ ਸਾਡੇ ਏਰੀਏ ਦੇ ਹਿਸਾਬ ਨਾਲ ਨਾ, ਸਾਡੇ ਦਿਲ ਦੇ ਹਿਸਾਬ ਨਾਲ ਵੀ ਲੱਖ ਵੋਟ ਤੋਂ ਕੰਮਾਂ ਤੇ ਕਰਿਆ ਜੀ, ਜੋ ਸਾਡੇ ਕੋਈ ਕੰਮ ਕਰੂਗਾ ਤਾਂ ਉਹਨੂੰ। ਭਗਵੰਤ ਮਾਨ ਜੀ ਨੇ ਕੀਤੇ ਨੀ ਜੀ? ਨੀ ਕਰੀ ਤਾਂ ਜਾਂਦਾ ਤੇ ਹਲੇ ਕੋਈ ਨਹੀਂ ਹੋ ਜੇ ਕਰੇ। ਕਿਹੜੀ ਪਾਰਟੀ ਨੂੰ ਸਪੋਰਟ ਕਰੋਗੇ? ਹਾਂਜੀ ਬਾਪੂ ਜੀ, ਤੁਸੀਂ ਕੀ ਕਹਿਣਾ ਚਾਹੋਗੇ ਜੀ? ਫਰੀਦਕੋਟ ਹਲਕੇ ਚ ਕੌਣ ਜਿੱਤੂਗਾ ਜੀ ਇੱਥੋਂ ਦੀ ਲੋਕ ਸਭਾ ਇਲੈਕਸ਼ਨ? ਇੱਥੋਂ ਦਾ ਕੰਮਾਂ ਤੇ ਕਰਿਆ ਜੀ, ਜੋ ਸਾਡੇ ਕੋਈ ਕੰਮ ਕਰੂਗਾ ਤਾਂ ਉਹਨੂੰ। ਭਗਵੰਤ ਮਾਨ ਜੀ ਨੇ ਕੀਤੇ ਨੀ ਜੀ? ਨੀ ਕਰੀ ਤਾਂ ਜਾਂਦਾ ਤੇ ਹਲੇ ਕੋਈ ਨਹੀਂ ਹੋ ਜੇ ਕਰੇ। ਆਏ ਪਿਆਲਸਣਾ ਦਾ ਵਧਾਵਾਂਗੇ, ਪੂਰੀ ਸਾਰੀ ਤਾਂ ਉਨੀ ਪਿਆਲਸਣਾ ਹੋ ਜਾਂਦਾ ਤੁਹਾਨੂੰ ਬਾਹਰ ਪਿੰਡਾਂ 'ਚ ਭਾਵਾਂ ਵਧਾ ਦੀ ਹੋ। ਮੈਂ ਤਾਂ ਇਹ ਗੱਲ ਕਹਿਣੀ ਚਾਹੁੰਦਾ ਤੁਹਾਨੂੰ। ਨਾਲੇ ਉਹ ਕਹਿੰਦੇ ਨੇ ਅਸੀਂ ਬਿਜਲੀ ਫ੍ਰੀ ਕਰਤੀ ਜੱਟਾਂ ਨੂੰ, ਪੂਰੇ 24 ਘੰਟੇ ਬਿਜਲੀ ਆਉਂਦੀ ਆ। ਬਿਜਲੀ ਆਈ ਬਹੁਤ ਆ ਤੇ ਕੰਮ ਵਧੀਆ ਨਹੀਂ ਲੱਗਿਆ ਤੁਹਾਨੂੰ? ਲੱਗਿਆ ਅਜੇ ਤਾਂ ਨਹੀਂ ਵਧੀਆ, ਉਮੀਦਵਾਰ ਨੇ ਆਮ ਆਦਮੀ ਪਾਰਟੀ ਵੱਲੋਂ ਆਏ ਨੇ। ਉਹ ਜੱਟੋ ਸੀ ਨਾ, ਫਰੀਦਕੋਟ ਤੋਂ, ਫਰੀਦਕੋਟ ਦੇ ਨਾ ਹੁਣ ਖੜਾ। ਇਹਨੇ ਕੰਮ ਨਹੀਂ ਕਰਿਆ ਕਿ ਗੇੜਾ ਨਹੀਂ ਮਾਰਿਆ, ਤੁਸੀਂ ਕਿਹੜੀ ਪਾਰਟੀ ਨੂੰ ਸਪੋਰਟ ਕਰੋਗੇ? ਆਮ ਆਦਮੀ ਪਾਰਟੀ ਨੂੰ ਸਾਰੇ ਕੰਮ ਜਿੰਨੇ ਕਰੇ ਠੀਕ ਕਰੇ। ਅਜੇ ਤੋਂ ਆਪਦੇ ਜਿਹੜੇ ਦੂਜੇ ਕੰਮ ਸੀ ਉਲਝੇ ਪੁਲਝੇ ਉਹਨਾਂ ਚੋਂ ਇਸੋਂ ਨਿਕਲਿਆ ਗਿਆ। ਪਹਿਲਾਂ ਨਿਕਲੂਗੀ ਭਗਵੰਤ ਮਾਨ ਨਾਲ ਆਮ ਆਦਮੀ ਪਾਰਟੀ ਫਰੀਦਕੋਟ ਤੋਂ ਜਿਤਾ ਕੇ ਅਸੀਂ ਜਿੱਥੋਂ ਬਾਹਰ ਆਏ ਸਾਡੇ ਸਾਰੇ ਹੀ ਪਾਉਣਗੇ। ਅੱਗੇ ਵੀ ਪਈ ਹੈ, ਮੱਤੇ ਦੀ ਵੋਟ ਬਹੁਤ ਪਈ ਹੈ ਫਰੀਦਕੋਟ ਤੋਂ। ਉਹੀ ਐਮ ਪੀ ਹੋਣਗੇ, ਤੁਹਾਨੂੰ ਕੀ ਲੱਗਦਾ ਕਿੰਨੀਆਂ ਕੁ ਵੋਟਾਂ ਜਿੱਤ ਪ੍ਰਾਪਤ ਕਰ ਲਈਆਂ? ਬਥੇਰੀਆਂ ਪੈਣਗੀਆਂ, ਵੋਟਾਂ ਵਾਲੀ ਕੋਈ ਗੱਲ ਨੀ। ਕਿੰਨੀ ਕੁ ਵੋਟਾਂ ਜਿੱਤ ਜਾਣਗੇ ਵੋਟਾਂ ਦੇ? ਵੀ ਨਾ ਬਾਲ ਘੱਟ ਤੋਂ ਘੱਟ ਵੀ ਸਾਡੇ ਏਰੀਏ ਦੇ ਹਿਸਾਬ ਨਾਲ ਨਾ, ਸਾਡੇ ਦਿਲ ਦੇ ਹਿਸਾਬ ਨਾਲ ਵੀ ਲੱਖ ਵੋਟ ਜਿੱਤੂਗਾ। ਤੁਸੀਂ ਕੀ ਕਹੋਗੇ ਕਿੰਨੀਆਂ ਕੁ ਵੋਟਾਂ ਜਿੱਤਣੇ ਕਰਮਜੀਤ ਅਨਮੋਲ ਜੀ ਇੱਥੋਂ ਦੀ? ਇਹਨਾਂ ਦੇ ਇੱਥੋਂ ਜਿੱਤਣਗੇ ਜੀ, ਫਰੀਦਕੋਟ ਤੋਂ ਆ ਰਹੇ ਆ। ਪਹਿਲਾਂ ਅਸੀਂ ਪਾਉਂਦੇ ਰਹੇ ਆ, ਅਕਾਲੀ ਪਾਰਟੀ ਨੂੰ ਪਾਉਂਦਾ ਰਿਹਾ, ਇਹ ਜਿਹੜਾ ਕੋਈ ਕੰਮ ਕਰੂਗਾ ਕਿ ਸਾਡਾ ਤੁਹਾਨੂੰ ਦੱਸ ਦਿੰਦੇ ਅਸੀਂ, ਕੋਈ ਨੀ ਚੱਲਦਾ ਵੀ ਇਹਦੇ ਵਿੱਚ ਬੋਲੀ ਜਾਂਦੇ ਆ। ਸਾਡਾ ਕੰਮ ਹੋਣਾ ਚਾਹੀਦਾ, ਇਹ ਪਾਣੀ ਗੰਦ ਬਹੁਤ ਆ ਸਾਨੂੰ, ਅੱਜਰੇ ਪੈ ਨਿਗਾਹ ਮਾਰ। ਹੋਰ ਕੀ ਮੰਗ ਰੱਖਣਗੇ ਕਰਮਜੀਤ ਅਨਮੋਲ ਜੀ? ਸਾਡਾ ਤਾਂ ਇਹ ਨਿਕਲ ਗਿਆ ਗੰਦ, ਇਹ ਉਹ ਗਾਂ ਸੇਮ ਨਾਲੇ 'ਚ ਪੈਂਦਾ ਜਾ ਕੇ, ਇਹ ਪੈਂਦਾ ਛੱਪੜ 'ਚ ਆਉਣਾ, ਉਹ ਮਗਰਲੇ ਬਾਈ ਛੱਪੜ ਹੈ, ਜੋ ਗੰਦ ਆਉਂਦਾ ਇਹਦੇ 'ਚ ਆਉਂਦਾ ਸਾਰਾ।
ਹੋਰ ਝਾੜੂ ਸਰਕਾਰ ਤੋਂ ਖੁਸ਼ ਹੋ ਸਾਰੇ ਪਾਸੇ। ਹਾਂ।